CIA स्टाफ श्री मुक्तसर साहब विखे हाँ एक वड्डा ग्रोह CIA स्टाफ ने काबू किया। जो हुण तक की जानकारी मिली आ, जो जानकारी निकल के सामने आई आ, उस अनुसार यह ग्रोह लोगों के जो चैक है जो दूसरे दे अकाउंट दे विच पे आउट होने लिए दिते होंगे चैक्स नू किसे ढंग नाल उन्हां तों नाम ते खाता नंबर मिटा के अपना नाम ते खाता नंबर पा के ਉਹ ਚੈਕਸ ਦੀ ਦੁਰਵਰਤੋਂ ਕਰਦਾ ਸੀ। ਕਰੀਬ 50 ਲੱਖ ਰੁਪਏ ਦਾ ਇਹ ਜੋ ਮਾਮਲਾ ਉਹ ਦੱਸਿਆ ਜਾ ਰਿਹਾ, ਜਿਹਦੇ ਮੈਂਬਰ ਜਿਹੜੇ ਆ ਗਰੋਹ ਦੇ CIA ਸਟਾਫ ਸ਼੍ਰੀ ਮੁਕਤਸਰ ਸਾਹਿਬ ਨੇ ਕਾਬੂ ਕਰਨ ਦੇ ਵਿੱਚ ਜਿਹੜੀ ਆ ਉਹ ਕਾਮਯਾਬੀ ਹਾਸਲ ਕੀਤੀ ਆ। ਹੋਰ ਜਾਣਕਾਰੀ ਕੀ ਹੈ, ਕੀ ਤੱਥ ਸਾਹਮਣੇ ਆਏ ਨੇ, ਕਿਵੇਂ ਸਾਰਾ ਕੁਝ ਕੀਤਾ ਜਾਂਦਾ ਸੀ, SPD ਮੋਹਨ ਲਾਲ ਹੋਰਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ, ਉਹ ਤੁਹਾਨੂੰ ਸਿੱਧੇ ਪ੍ਰੈਸ ਕਾਨਫਰੰਸ ਨਾਲ ਜੋੜਦੇ ਹਾਂ ਕਿ ਕੀ ਗੱਲਬਾਤ ਹੋ ਰਹੀ ਹੈ। ਸਾਡੇ ਨਾਲ CIA ਸਟਾਫ ਦੇ ਵੱਲੋਂ ਇੱਕ ਗੁਰਤੇਜ ਸਿੰਘ ਸੈਕਟਰ ਅਹਿਮਦਾਬਾਦ ਵੱਲੋਂ ਗੌਰਮੈਂਟ ਕਾਲਜ ਕੋਲ ਨਾਕਾ ਲਗਾਇਆ ਸੀ, ਜਿੱਥੇ ਆ ਕੇ ਸਾਨੂੰ ਇਨਫੋਰਮਰ ਨੇ ਦੱਸਿਆ ਕਿ ਕੁਛ ਬੰਦੇ ਜਿਹੜੇ ਆ ਬੈਂਕਾਂ 'ਚੋਂ ਚੈੱਕ ਜਿਹੜੀ ਆ ਚੋਰੀ ਕਰਕੇ ਅਤੇ ਉਹ ਦੂਸਰੇ ਬੈਂਕਾਂ 'ਚ ਲਗਾ ਕੇ ਉਹਨਾਂ ਤੋਂ ਰੇਜ਼ ਕਰਕੇ ਨਾਮ ਬਦਲ ਕੇ ਦੂਜੇ ਬੈਂਕਾਂ 'ਚ ਚੈੱਕ ਲਗਾ ਕੇ ਪੈਸੇ ਜਿਹੜੇ ਆ ਕਢਵਾ ਲੈਂਦੇ ਆ। ਇਸ ਤਰ੍ਹਾਂ ਦੀ ਇਨਫੋਰਮੇਸ਼ਨ ਮਿਲੀ ਅਤੇ ਅਸੀਂ ਉਹਦੇ ਇਨਫੋਰਮੇਸ਼ਨ ਦੇ ਡਿਪੈਂਡ ਅਸੀਂ ਪਰਚਾ ਦਰਜ ਕੀਤਾ ਹੈਗਾ ਸਿਟੀ ਥਾਣੇ, ਅਤੇ ਅਸੀਂ ਫਿਰ ਅਗਲੇ ਦਿਨ ਅਸੀਂ ਉਹਨਾਂ ਬੰਦਿਆਂ ਦਾ ਪਤਾ ਕੀਤਾ ਵੀ ਬੰਦੇ ਕਿੱਥੇ ਹੈਗੇ ਆ, ਕਿੱਧਰ ਨੂੰ ਆ ਰਹੇ ਆ। ਤਾਂ ਸਾਨੂੰ ਪਤਾ ਲੱਗਿਆ ਕਿ ਇਹ ਕੇਹਰ ਸਿੰਘ ਚੌਂਕ ਵੱਲ ਨੂੰ ਆ ਰਹੇ ਆ। ਉੱਥੇ ਸਾਡੇ CIA ਦੀ ਹੀ ਟੀਮ ਨੇ ਉਹਨਾਂ ਨੂੰ ਕੇਹਰ ਸਿੰਘ ਚੌਂਕ ਦੇ ਵਿੱਚ ਕਾਬੂ ਕੀਤਾ ਹੈਗਾ। ਕਾਬੂ ਕਰਕੇ ਅਸੀਂ ਉਹਨਾਂ ਨੂੰ ਪੁੱਛਗਿੱਛ ਕੀਤੀ, ਜਿਨ੍ਹਾਂ ਨੇ ਆਪਣੀ ਪੁੱਛਗਿੱਛ 'ਤੇ ਦੱਸਿਆ ਕਿ ਅਸੀਂ ਬੈਂਕ ਦੇ ਵਿੱਚ ਜਾਂਦੇ ਸੀਗੇ, ਅਸੀਂ ਦੇਖ ਲੈਂਦੇ ਸੀ ਵੀ ਅਸੀਂ ਜਾ ਕੇ ਉਹਨੂੰ ਕਹਿੰਦੇ ਸੀ ਕੈਸ਼ੀਅਰ ਨੂੰ ਕਿ ਸਾਡਾ ਜਿਹੜਾ ਉੱਥੇ ਡੀਲਿੰਗ ਹੈਂਡ ਹੁੰਦਾ ਸੀ ਉਹਨੂੰ ਕਹਿੰਦੇ ਸੀ ਅਸੀਂ ਫਲਾਣੇ ਨਾਂ ਦਾ ਚੈੱਕ ਆਇਆ ਜੀ। ਡੀਲਿੰਗ ਹੈਂਡ ਨੂੰ ਪਤਾ ਨਹੀਂ ਹੁੰਦਾ ਸੀਗਾ, ਉਹ ਕਹਿੰਦਾ ਸੀ ਚੈੱਕ ਤੁਸੀਂ ਆਪ ਦੇਖ ਲਓ। ਇਹ ਚੈੱਕ ਦੇਖਣ ਦੇ ਬਹਾਨੇ ਉੱਥੇ ਇੱਕ ਦੋ ਚੈੱਕ ਜਿਹੜੇ ਆ ਆਪਣੇ ਜ਼ਿਹਨ 'ਚ ਰੱਖ ਲੈਂਦੇ ਸੀ ਵੀ ਇਹ ਨਾਂ ਦਾ ਚੈੱਕ ਹੈ, ਇਹ ਅਮਾਊਂਟ ਹੈਗੀ ਹੈ, ਉਹ ਬੰਦਾ ਚਲਾ ਜਾਂਦਾ ਸੀ ਬਾਹਰ। ਇਹਨਾਂ ਦਾ ਹੀ ਦੂਜਾ ਬੰਦਾ ਆ ਕੇ ਕਹਿੰਦਾ ਸੀ ਵੀ ਸਾਡਾ ਇਸ ਨਾਂ ਦਾ ਚੈੱਕ ਹੈਗਾ ਹੈ, ਜਦੋਂ ਦੇਖ ਕੇ ਗਿਆ ਸੀਗਾ ਉਹ ਦੱਸ ਦਿੰਦਾ ਸੀ, ਉਹ ਕਹਿੰਦਾ ਵੀ ਅਸੀਂ ਜਿਹੜਾ ਚੈੱਕ ਜਿਹੜਾ ਹੈਗਾ ਅਸੀਂ ਫੇਰ ਲਾਵਾਂਗੇ, ਉਹ ਚੈੱਕ ਵਾਪਸ ਲੈ ਜਾਂਦਾ ਸੀ। ਇਹ ਉਸ ਬੈਂਕ ਉਹ ਚੈੱਕ ਨੂੰ ਫੌਰਜ ਕਰਕੇ ਰੇਜ ਕਰਕੇ ਉਹਦਾ ਨਾਮ 'ਚ ਆਪਣੇ ਹੀ ਕਿਸੇ ਬੰਦੇ ਦਾ ਜਿਹੜਾ ਇਹਨਾਂ ਦਾ ਹੀ ਗੈਂਗ ਦਾ ਬੰਦਾ ਹੁੰਦਾ ਸੀ ਉਹਦਾ ਆਲਰੇਡੀ ਚੈੱਕ ਬੈਂਕ ਦੇ ਵਿੱਚ ਅਕਾਊਂਟ ਹੁੰਦਾ ਸੀ, ਉਸ ਬੰਦੇ ਦਾ ਨਾਮ ਭਰ ਕੇ ਇਹ ਉਹਦੇ ਨਾਮ 'ਤੇ ਲਾ ਦਿੰਦੇ ਸੀ ਅਤੇ ਉਹ ਪੈਸੇ ਜਿਹੜੇ ਸੀ ਉਹਦੇ 'ਚ ਟ੍ਰਾਂਸਫਰ ਹੋ ਜਾਂਦੇ ਸੀ। ਇਸ ਤਰੀਕੇ ਨਾਲ ਇਹ ਕੰਮ ਕਰਦੇ, ਇਹ ਚਾਰੇ ਬੰਦੇ ਜਿਹੜੇ ਅਸੀਂ ਫੜ ਲਏ ਆ ਅਤੇ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ। ਸਰ ਕਿੰਨੇ ਚੈੱਕ ਜਿਹੜੇ ਬਣਾਉਂਦੇ, ਕਾਹਦੇ ਨਾਲ ਰੇਜ ਕਰਦੇ ਸੀ? ਇਹਨਾਂ ਕੋਲ ਕਿ ਰੇਜ ਕਰਨ ਵਾਲੀ ਪੈਨਸਲ ਸੀਗੀ ਜਿਹੜੀ ਕਿ ਸ਼ਾਹੀ ਜਿਹੜੀ ਹੈਗੀ ਆ ਉਸਨੂੰ ਰੇਜ ਕਰ ਦਿੰਦੀ ਸੀ ਅਤੇ ਉਹਦੇ 'ਤੇ ਉਸ ਨਾਲ ਇਹ ਰੇਜ ਕਰਕੇ ਇਹ ਚੇਂਜ ਕਰ ਦਿੰਦੇ ਸੀ। ਹੁਣ ਤੱਕ ਕੋਈ ਆਇਆ ਸਾਹਮਣੇ ਕਿੰਨੇ ਕੁ ਤੱਕ ਦਾ ਇਹ ਕਰ ਚੁੱਕੇ ਹੈਗੇ? ਇਹ ਪਤਾ ਲੱਗਿਆ ਕਿ 50 ਕੁ ਲੱਖ ਦੇ ਨੇੜੇ ਇਹਨਾਂ ਨੇ ਕੀਤਾ ਹੈਗਾ ਵੱਖ ਵੱਖ ਪ੍ਰਾਂਚਾਂ ਦੇ ਵਿੱਚ। ਕਿੱਥੋਂ ਦੇ ਰਹਿਣ ਵਾਲੇ ਆ, ਕੋਈ ਮਾਮਲੇ ਪਹਿਲਾਂ ਵੀ ਦਰਜ? ਹਾਂਜੀ ਇਹ ਬੰਦੇ ਜਿਹੜੇ ਹੈਗੇ ਆ ਦੋ ਅੰਮ੍ਰਿਤਸਰ ਦੇ ਆ, ਦੋ ਜੰਮੂ ਦੇ ਹੈਗੇ ਆ। ਜਿਹੜਾ ਹੈਗਾ ਅਰੁਣ ਕੁਮਾਰ ਹੈਗਾ ਇਹ ਅੰਮ੍ਰਿਤਸਰ ਦਾ ਹੈਗਾ, ਚੇਤਨ ਕੁਮਾਰ ਜਿਹੜਾ ਹੈਗਾ ਇਹ ਜੰਮੂ ਦਾ ਹੈਗਾ, ਅਤੇ ਦੀਪਕ ਠਾਕੁਰ ਜਿਹੜਾ ਹੈਗਾ ਇਹ ਵੀ ਜੰਮੂ ਦਾ ਹੈਗਾ, ਮੋਹਿਤ ਅਰੋੜਾ ਅੰਮ੍ਰਿਤਸਰ ਦਾ ਹੈਗਾ। ਕੋਈ ਮਾਮਲੇ ਪਹਿਲਾਂ ਵੀ ਦਰਜ? ਹਾਂਜੀ ਹਾਂ, ਜਿਹੜਾ ਮੋਹਿਤ ਅਰੋੜਾ ਹੈਗਾ ਇਹਦੇ 'ਤੇ CT 1 ਹੋਰ ਪਰਚਾ ਦਰਜ ਹੈਗਾ, ਇਹ ਪਿੱਛੇ ਹੀ 24/12 ਨੂੰ ਹੀ ਜੇਲ੍ਹ 'ਚੋਂ ਫਿਰੋਜ਼ਪੁਰ ਜੇਲ੍ਹ 'ਚੋਂ ਬਾਹਰ ਆਇਆ। ਕਿਹੋ ਜਿਹਾ ਮਾਮਲਾ ਦਰਜ ਹੈ ਜੀ ਪਹਿਲਾਂ? ਸੇਮ ਇਸੇ ਹੀ ਜਿਹੜੇ ਮੈਂ ਤੁਹਾਨੂੰ ਦੱਸਿਆ ਹੈਗਾ, ਸੇਮ ਹੀ ਮੋਡਰਸ ਬਰੈਂਡੀ ਹੈਗੀ ਇਹਨਾਂ ਦੀ, ਇਹ ਪਰਚੇ ਇਸੇ ਚੀਜ਼ ਦਾ ਪਰਚਾ ਇਹਨਾਂ ਦਾ ਦਰਜ ਹੈ। ਸਰ ਜਿਹੜੇ ਸਪੈਸ਼ਲ ਪੈਨ ਜਾਂ ਪੈਨਸਲ ਦਾ ਜ਼ਿਕਰ ਕੀਤਾ ਜਾ ਰਿਹਾ ਉਹ ਕੁਛ ਮਿਲਿਆ ਵੀ ਹੈ ਤੁਹਾਨੂੰ ਉਹੋ ਜਿਹਾ? ਹਾਂਜੀ ਅਸੀਂ ਕਬਜ਼ੇ 'ਚ ਲੈ ਲਈ ਆ, ਸਾਡੇ ਕੋਲ ਹੈਗੀ ਆ, ਇਹਨਾਂ ਦੇ ਕੋਲੋਂ ਹੀ ਮਿਲੀ ਆ। ਕਿੰਨੇ ਚੈੱਕ ਕਿੰਨੇ ਆ ਸਰ? ਇਹ ਕਰੀਬ 6 ਚੈੱਕ ਹੈਗੇ ਆ ਸਰ। ਇਹਨਾਂ ਨੂੰ ਕੋਰਟ 'ਚ ਪੇਸ਼ ਕਰਤਾ ਜਾਂ ਕਰਨਾ ਹਜੇ? ਹਾਲੇ ਕਰਨਾ ਹੈਗਾ ਜੀ, ਅੱਜ ਕਰਨਾ ਹੈਗਾ। ਇਹਦੇ ਵਿੱਚ ਮੁਕਤਸਰ ਦਾ ਮਾਮਲਾ ਵੀ ਆਇਆ ਜੀ? ਨਹੀਂ ਜੀ, ਮੁਕਤਸਰ ਦਾ ਕੋਈ ਨਹੀਂ, ਬਾਹਰ ਲਾਈ ਹੈ, ਇਨਵੈਸਟੀਗੇਸ਼ਨ ਹਾਲੇ ਜਾਰੀ ਹੈ। ਫਿਰ ਤੁਹਾਨੂੰ ਇਹਦੇ 'ਚ ਕੋਈ ਹੋਊਗਾ, ਨਵੀਂ ਕੋਈ ਡਿਵੈਲਪਮੈਂਟ ਹੋਊਗੀ ਉਹ ਤੁਹਾਨੂੰ ਬੜੀ ਜਲਦੀ ਇਹਦੇ 'ਚ ਤੁਹਾਨੂੰ ਅਪਡੇਟ ਦਿੱਤੀ ਜਾਵੇ। SPD ਮੋਹਨ ਲਾਲ ਹੋਰਾਂ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜੋ ਇਹਨਾਂ ਦਾ ਢੰਗ ਸੀਗਾ ਉਹ ਇਹ ਸੀ ਕਿ ਇਹ ਪਹਿਲਾਂ ਟਰੇਸ ਕਰਦੇ ਸੀਗੇ ਕਿੰਨਾ ਫਰਮਾਂ ਦੇ ਚੈੱਕ ਨੇ ਜੋ ਬੈਂਕ ਦੇ ਵਿੱਚ ਆਏ ਹੋਏ ਨੇ ਔਰ ਕਿਹਦੇ ਨਾਮ 'ਤੇ ਇਹ ਕੈਸ਼ ਹੋਣੇ ਨੇ। ਉਸ ਤੋਂ ਬਾਅਦ ਜਿਵੇਂ ਜਿਵੇਂ ਇਹ ਫਰਮਾਂ ਦੇ ਚੈੱਕ ਸੀਗੇ ਉਹਨਾਂ ਨੂੰ ਅੱਗੇ ਉਹ ਕੈਸ਼ ਕਰਵਾ ਲੈਂਦੇ ਸੀ, ਉੱਥੋਂ ਟਰੇਸ ਕਰਨ ਤੋਂ ਬਾਅਦ
ਉਹਨਾਂ ਦੇ ਅਰੇਜ਼ਰ ਨਾਲ ਜਿਹੜੀ ਹੈ ਅਕਾਊਂਟ ਨੰਬਰ ਔਰ ਨਾਮ ਜਿਹੜੇ ਨੇ ਉਹ ਮਿਟਾ ਦਿੱਤੇ ਜਾਂਦੇ ਸੀ। ਇੱਕ ਅਰੇਜ਼ਰ ਪੈਨਸਲ ਜਿਹੜੀ ਆ ਉਹ ਪੁਲਿਸ ਨੇ ਇਹਨਾਂ ਤੋਂ ਬਰਾਮਦ ਕੀਤੀ ਹੈ। ਕੁਝ ਫਰਮਾਂ ਦੇ ਚੈੱਕ ਵੀ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ, ਅਰੇਜ਼ਰ ਪੈਨਸਲ ਬਰਾਮਦ ਕੀਤੀ ਗਈ ਆ ਔਰ ਕਰੀਬ ਕਰੀਬ 50 ਲੱਖ ਰੁਪਏ ਦੀ ਠੱਗੀ ਜਿਹੜੀ ਹੈ ਹੁਣ ਤੱਕ ਇਹ ਗਰੋਹ ਜਿਹੜਾ ਉਹ ਕਰ ਚੁੱਕਿਆ। ਹਜੇ ਪੁਲਿਸ ਰਿਮਾਂਡ ਜਿਹੜਾ ਹੈ ਉਹ ਲੈਣਾ ਬਾਕੀ ਆ, ਜ ਅਦਾਲਤ 'ਚ ਪੇਸ਼ ਕੀਤਾ ਜਾਣਾ। ਹੋਰ ਕਿੰਨੇ ਕੁ ਖੁਲਾਸੇ ਹੁੰਦੇ ਨੇ, ਕਿੰਨੇ ਸਮੇਂ ਦਾ ਪੁਲਿਸ ਰਿਮਾਂਡ ਬਣਦਾ ਔਰ ਕੀ ਹੋਰ ਇਹਨਾਂ ਨੇ ਧੋਖਾਧੜੀ ਕੀਤੀ ਹੈ, ਇਹ ਸਭ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਏਗਾ। ਪਰ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆ ਜੋ ਸ਼ੁਰੂ ਕਰ ਦਿੱਤੀ ਹੈ। ਜਗਬਾਣੀ ਲਈ ਕੁਲਦੀਪ ਸਿੰਘ ਰੀਨੀ, ਸ਼੍ਰੀ ਮੁਕਤਸਰ ਸਾਹਿਬ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।